ਕੀ ਨਾਂ ਜੀ ਆਪਣਾ? ਮੇਰਾ ਨਾਮ ਮੁਖਤਾਰ ਅਹਿਮਦ। ਤੇ ਤੁਹਾਡੇ ਅੱਬਾ ਜੀ ਦਾ ਨਾਂ ਕੀ ਹੈ? ਉਮਰ ਮੈਂ ਵਾਲਦ ਦਾ ਨਾਂ ਹਾਂਜੀ ਰੂਲੀਆ ਰੂਲੀਆ ਹਾਂ ਰੂਲੀਆ ਨਾਂ ਸੀ ਉਹਦਾ। ਅੱਛਾ ਤੇ ਕੌਮ ਕੀ ਆਪਣੀ? ਅਸੀਂ ਸ਼ੇਖ ਹਾਂ। ਸ਼ੇਖ ਹਾਂ। ਅੱਛਾ ਇਹ ਦੱਸੋ ਕਿ ਬਈ ਜਦੋਂ ਉਜਾੜੇ ਪਏ ਸੀਗੇ ਆਹੋ ਤੁਸੀਂ ਕਿੱਥੇ ਰਹਿੰਦੇ ਸੀਗੇ? ਉਦੋਂ ਪਿੱਛੇ ਅਰਿਆਸ ਕਪੂਰਥਲਾ ਸੀ ਤੇ ਸਟੇਸ਼ਨ ਪਾਜੀਆਂ ਦਾ ਲੱਗਦਾ ਸੀਗਾ। ਅੱਛਾ। ਭਾਣੋ ਨਵਾਂ ਪਿੰਡ ਦਾ ਨਾਂ ਸੀ। ਅੱਛਾ। ਉਹ ਸਿੱਖਾਂ ਦਾ ਪਿੰਡ ਸੀ। ਹਾਂ। ਮੈਂ ਤਾਂ ਵੱਡਾ ਮਰ ਗਿਆ ਇਹਨਾਂ ਦਾ ਪਿਓ। ਹਾਂ ਉਹਦਾ ਨਾਂ ਸਰਦਾਰ ਸੀ। ਅੱਛਾ ਤੇ ਇਹ ਦੱਸੋ ਵੀ ਉਸ ਵਕਤ ਤੁਸੀਂ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਉਜਾੜੇ ਉੱਥੋਂ ਕਰਨੇ ਪਏ? ਸਾਨੂੰ ਮੇਰਾ ਖਿਆਲ 32-33 ਦੀ ਪੈਦਾਇਸ਼ ਆ ਮੇਰੀ। ਅੱਛਾ। ਹਾਂ ਮੈਂ ਬਿਸਰਾ ਚੁੱਕ ਕੇ ਤੇ ਆਇਆ ਹਾਂ, ਤੁਰ ਕੇ ਆਏ ਹਾਂ ਅਸੀਂ। ਅੱਛਾ। ਹਾਂ ਬਿਆਸ ਦਰਿਆ ਤੱਕ ਤੁਰ ਕੇ ਆਏ ਹਾਂ ਅਸੀਂ। ਅੱਛਾ। ਉੱਥੋਂ ਫਿਰ ਮਾਲ ਗੱਡੀ 'ਚ ਬਹਾਇਆ ਫੌਜੀਆਂ ਨੇ, ਫੌਜੀ ਸੀਗੇ ਬਦੋਸ਼ੀ। ਅੱਛਾ। ਹਾਂ ਨਹੀਂ ਤਾਂ ਤੁਹਾਨੂੰ ਗੱਡੀ 'ਚ ਕਿਹੜੇ ਸਟੇਸ਼ਨ ਤੋਂ ਬਿਠਾਇਆ ਸੀਗਾ? ਬਿਆਸ ਦਾ ਸਟੇਸ਼ਨ ਸੀ ਉਹ, ਬਿਆਸ ਦਰਿਆ ਦਾ ਸਟੇਸ਼ਨ ਸੀ। ਅੱਛਾ ਉੱਥੋਂ ਗੱਡੀ 'ਚ ਬਹਿ ਕੇ ਆਏ? ਹਾਂ ਉੱਥੋਂ ਮਾਲ ਗੱਡੀ ਨਾ ਛਿਗੜਿਆਂ 'ਚ ਬਹਿ ਕੇ ਆਏ ਹਾਂ। ਅੱਛਾ। ਅੰਮ੍ਰਿਤਸਰ ਆ ਕੇ ਰੋਕਦੇ ਹੀ ਇਹਨਾਂ ਨੇ। ਅੱਛਾ। ਉਹ ਜਿਹੜੇ ਫੌਜੀ ਸੀ ਉਹ ਦੁਆਲੇ ਫਿਰਨ ਦਾ ਪੈ, ਉਹ ਕਹਿਣ ਲੱਗੇ ਵੀ ਜੇ ਇਹਨਾਂ ਨੇ ਕੀਤਾ ਨਾ ਕੁਝ ਫਿਰ ਤੋਪਾਂ ਥਾਂ ਬੀਲੀਆਂ ਸ਼ਹਿਰ ਜਿਹੜਾ ਨਾ ਅੰਮ੍ਰਿਤਸਰ ਅਡਾ ਦੇਵਾਂਗੇ, ਤੁਸੀਂ ਡਰਨਾ ਨਹੀਂ। ਅੱਛਾ। ਤੇਰੇ ਆਪ ਖੜੀ ਕੀਤੀ ਆ। ਅੱਛਾ ਫਿਰ ਉੱਥੋਂ ਅੰਮ੍ਰਿਤਸਰ ਚ ਲਾਈ ਤੇ ਫਿਰ ਕਿੱਥੇ ਖੜੀ ਕੀਤੀ? ਫਿਰ ਲਾਹੌਰ ਵੀ ਨਹੀਂ ਖੜੀ ਕੀਤੀ। ਅੱਛਾ। ਲਾਹੌਰ ਸ਼ਦਰਾ ਉਹਦੇ ਪਾਸੇ ਰਾਵੀ ਉਹਦੇ ਉੱਥੇ ਖੜੀ ਕੀਤੀ, ਉੱਥੇ ਉਤਰ ਕੇ ਰਾਤ ਪੈ ਗਈ। ਅੱਛਾ ਇਹ ਦੱਸੋ ਬਈ ਜਿਹੜਾ ਤੁਹਾਡਾ ਪਿੰਡ ਸੀਗਾ ਉੱਥੇ ਮੁਸਲਮਾਨਾਂ ਦੇ ਕਿੰਨੇ ਕੁ ਘਰ ਹੋਣੇ? ਮੁਸਲਮਾਨਾਂ ਦੇ ਹੋਣੇ ਆ 60 ਕੁ। ਅੱਛਾ। ਕੋਈ ਮੋਚੀਆਂ ਦੇ ਆ, ਕੋਈ ਤੇਲੀਆਂ ਦੇ ਆ, ਕੋਈ ਜਲਾਇਆਂ ਦੇ ਆ। ਤੇ ਜਦੋਂ ਤੁਸੀਂ ਉੱਥੋਂ ਜਿਹੜੇ ਸੀਗੇ ਪਿੰਡ 'ਤੇ ਕੋਈ ਜੱਥਾ ਪਿਆ ਸੀਗਾ? ਆਹੋ ਜਿਹਾ ਪਿਆ ਸੀ ਪਿੰਡ ਦੇ, ਅਸੀਂ ਨਿਕਲ ਗਏ ਸੀ। ਅੱਛਾ। ਸਾਨੂੰ ਦੱਸਦਾ ਸਾਡੇ ਗੁਆਂਢ ਸਿੱਖਣੀ ਸੀਗੀ ਉਹ ਤਰਖਾਣ ਕੌਮ ਦੁਬਾਰਾ ਦਿਖਾਣਾ ਕਰਦੇ ਨਾ ਉਹ ਚੁਬਾਰੇ ਚੜ੍ਹੀ ਮੈਂ ਕਹਿੰਦੀ ਨਿਕਲਦੇ ਉਹ ਘਰਾਂ ਤੋਂ ਜਥਾ ਆਉਂਦਿਆ ਅਸੀਂ ਮੇਰੇ ਤੋਂ ਛੋਟੀ ਅਤੇ ਮੈਂ ਇਹ ਦੂਆ ਮੈਂ ਤਾਂ ਵੱਡਾ ਬਾਹਰ ਹੀ ਸੀਗਾ ਇਹ ਸਿੱਖ ਨੇ ਇੱਕ ਨੇ ਬਚਾ ਲਿਆ ਉਹਨੂੰ ਮੈਂ ਹੀ ਜਾ ਕੇ ਨਾ ਚਰੀਆਂ 'ਚ ਵੜ ਗਏ ਚਰੀਆਂ ਉੱਗੀਆਂ ਸੀ ਉਦੋਂ ਜਦੋਂ ਪਿੰਡੋਂ ਨਿਕਲ ਗਏ ਨਾ ਉਹਨਾਂ ਨੇ ਫਾਇਰ ਕੀਤੇ ਤਾਂ ਨੂੰ ਉੱਥੋਂ ਬਾਅਦ ਨਾ ਫਿਰ ਅਸੀਂ ਆਏ ਘਰਾਂ ਨੂੰ ਕਈਆਂ ਲੈ ਗਏ ਕੁੜੀਆਂ ਉਹ ਜਿਹੜੇ ਕਾਬੂ ਆ ਗਏ ਨਾ ਉਹਨੇ ਕੁੜੀਆਂ ਲੈ ਗਏ ਸੀ। ਅੱਛਾ। ਅੱਛਾ ਜਿਸ ਕੁੜੀ ਨੇ ਤੁਹਾਨੂੰ ਆ ਕੇ ਦੱਸਿਆ ਸੀਗਾ ਕਿ ਵੀ ਜੱਥਾ ਪੈ ਰਿਹਾ ਵਾ ਉਹਦਾ ਕੀ ਨਾਂ ਸੀ? ਉਹਦਾ ਨਾਮ ਪਤਾ ਨਹੀਂ ਯਾਰ ਮਸੂਬ ਕੌਰ ਸੀ, ਮਸੂਬ ਕੌਰ। ਅੱਛਾ। ਜਿਹੜੇ ਸਿੱਖ ਨੇ ਤੁਹਾਨੂੰ ਤੁਹਾਡੇ ਭਾਈ ਨੂੰ ਬੜੇ ਨੂੰ ਬਚਾ ਲਿਆ ਸੀ ਉਹਦਾ ਕੀ ਨਾਂ ਸੀ? ਉਹਦਾ ਨਾਂ ਸੁਰੈਨ ਸਿੰਘ। ਅੱਛਾ। ਉਹ ਇਹ ਸੀਗਾ ਨਾ ਫਿਰ ਵੱਡਾ ਹੀ ਇਹਦੇ ਮਗਰ ਭੱਜੇ ਉਹ ਕਹਿਣ ਲੱਗਾ ਮੇਰਾ ਪੋਤਾ ਵਾ ਇੱਥੇ। ਅੱਛਾ। ਮੇਰਾ ਪੋਤਾ ਮਾਰ ਦੇਣਾ ਤੁਸੀਂ ਉਹਨੇ ਬਚਾ ਲਿਆ ਉਹਦੇ ਕੋਲ ਬਹਿ ਗਿਆ ਨਾ ਅਸੀਂ ਬਾਹਰ ਚਰੀਆਂ ਗੁਆ ਚਰੀਆਂ ਬਾਜਦੇ ਸੀਗੇ ਬੁੜਾ ਜਿਹੜਾ ਸੀਗਾ ਇਹ ਇੱਕ ਸਿੱਖ ਦੇ ਨਾਲ ਰਹਿੰਦਾ ਸੀਗਾ ਉੱਥੇ ਕੰਮ ਕੁੰਮ ਦਾ ਕਰਾਉਣਾ ਉਹਨੇ ਦਾਣਾ ਫੱਕਾ ਦੇ ਦੇਣਾ ਖਾਣ ਲਈ। ਅੱਛਾ। ਤੁਹਾਡਾ ਬੁੜਾ ਕਿਹੜੇ ਸਰਦਾਰ ਦੇ ਘਰ ਕੰਮ ਕਰਦਾ ਸੀ? ਉਹ ਜਗਸੋਂ ਸੀ ਉਹਦਾ ਨਾਂ। ਜਗਸਿਆ। ਹਾਂ। ਉਹਦੇ ਮੁੰਡੇ ਕਿੰਨੇ ਸੀਗੇ? ਦੋ। ਕੀ ਨਾਂ ਸੀ ਉਹਦੇ ਮੁੰਡਿਆਂ ਦਾ? ਇੱਕ ਨਾਂ ਪਾਲੋ ਇੱਕ ਨਾਂ ਲਾਲ ਸਿੰਘ। ਇਹ ਪਾਲੋ ਤੇ ਲਾਲ ਸਿੰਘ ਤੁਹਾਡੇ ਹਾਣ ਦੇ ਸੀਗੇ? ਨਹੀਂ ਉਹਨਾਂ ਨੇ ਸਾਨੂੰ ਬਚਾਇਆ ਉਹ ਸਾਡੇ ਸਾਤੋਂ ਨਿਕਲਿਆ ਸੀ ਨਾ ਪਹਿਲਾਂ ਘਰਾਂ ਤੋਂ ਸਾਡੇ ਥੋੜੇ ਜਿਹੇ ਘਰ ਸੀ ਉੱਥੇ। ਅੱਛਾ। ਸਾਤੋਂ ਪਹਿਲਾਂ ਨਾ ਲਾਗੇ ਭਲਾਣਾ ਚੱਕ ਸੀਗਾ
ਉੱਥੇ ਪਿਲ ਗਏ, ਉੱਥੇ ਕੰਪ ਬੈਠਾ ਸੀ। ਅੱਛਾ। ਸਾਰੇ ਲੋਕ ਆ ਗਏ, ਅਸੀਂ ਸੀਗੇ ਪੰਜ ਛੇ ਘਰ, ਚਾਰ ਘਰ ਹੀ। ਉਹ ਇੱਕ ਨਾ ਜਦੋਂ ਇਹਨਾਂ ਕੋਲ ਨਾ ਜਦੋਂ ਕਰਪੂਰ ਸਿੰਘ ਨਿਕਲੇ ਨਾ, ਜਦੋਂ ਕੋਲ ਸੋਟੀ ਉਹਦੇ ਕੋਲ ਵੀ ਛਿਤਾ ਦੇ, ਜਦੋਂ ਕੋਲ ਡਾਂਗ ਸੀ ਉਹ ਵੀ ਛਿਤਾ ਦੇ। ਉਹ ਸਾਡੇ ਪਿੰਡ ਦਾ ਇੱਕ ਜ਼ਿਆਦਾ ਮੋਚੀ ਸੀ, ਉਹਦਾ ਨਾਮ ਵੀ ਰੂੜੀ ਆਏ ਸੀ। ਅੱਛਾ। ਅਤੇ ਉਹ ਹੁੱਕਾ ਤਾਂ ਉਹਦੇ ਕੋਲ ਹੀ ਸੀਗਾ। ਉਹ ਜਸਵਾ ਜਸਾ ਪਿਆ ਨਾ, ਕਾਂਜਰੀ ਦਾ ਪੁੱਲ, ਰਵੇਈ ਦਾ ਪੁੱਲ ਸੀ ਉੱਥੇ। ਅੱਛਾ। ਉੱਥੇ ਆ ਕੇ ਜਸਾ ਪਿਆ, ਉਹ ਕੁੜੀ ਖੋ ਕੇ ਲੈ ਗਿਆ ਉਹਦੇ ਕੋਲ ਸਿੱਖ ਇੱਕ, ਉਹਨੇ ਰੱਖੀ ਹੋਈ ਟੋਪੀ ਪੁੰਜੇ ਹੁੱਕੇ ਤੋਂ, ਹੁੱਕਾ ਉਹਦੇ ਸਿੱਖ ਦੇ ਸਿਰ 'ਚ ਮਾਰਿਆ, ਉਹ ਤਲਵਾਰ ਖੋਦੇ, ਫਿਰ ਮੁੜ ਕੇ ਕੁੜੀ ਨੂੰ ਫੜਾ ਲਿਆ ਹੁੱਕਾ, ਆਪ ਫਿਰ ਤਲਵਾਰ ਲੈ, ਫਿਰ ਉਹਦੇ ਲਾਗੇ ਨਹੀਂ ਆਇਆ, ਕੋਈ ਆ ਗਿਆ ਇੱਧਰ, ਕੁੜੀ ਵੀ ਲੈ ਆਪਣੀ ਆਪ ਆਪ ਵੀ ਆ ਗਿਆ, ਉਹਦਾ ਨਾਮ ਵੀ ਰੂਇਆ ਸੀ। ਅੱਛਾ। ਉਹ ਜ਼ਿਆਦਾ ਮੋਚੀ ਸੀ ਅਤੇ ਕੰਮ ਜਲਾਇਆਂ ਦਾ ਕਰਦਾ ਸੀ, ਤਾਣੀਆਂ ਤੂਣੀਆਂ ਖੱਦਰ ਆਉਂਦਾ ਹੁੰਦਾ ਸੀ। ਉਹ ਕਾੜੇ ਕੋਲ ਬੈਠੇ ਆ, ਉਹਦਾ ਮਰ ਗਿਆ ਮਨ, ਕੁੜੀ 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 ਸੀ। ਅੱਛਾ, ਇਹ ਦੱਸੋ ਕਿ ਜਦੋਂ ਉਜਾੜੇ ਪੈ ਸੀ, ਤੁਸੀਂ ਕਿੰਨੇ ਭੈਣ ਭਾਈ ਸੀਗੇ? ਅਸੀਂ ਇੱਕ ਸਾਲ ਤੋਂ ਪਹਿਲੇ ਇੱਥੇ ਆਈ ਆ, ਆ ਗਈ ਸੀ ਦਸਾਂ ਕੁ ਸਾਲ ਦੇ, ਮੇਰੀ ਫੁੱਫੀ ਇੱਥੇ ਰਹਿੰਦੀ ਸੀ ਨਾ ਠਾਨੇ 'ਚ, ਉਹ ਲੈ, ਆਹੋ ਉਹ ਲੈ ਜੀ, ਮੁੜ ਕੇ ਜਦੋਂ ਆਇਆ ਉਹਦੇ ਉਹ ਕੁੜੀ ਕੁਛੜ ਸੀਗੀ, ਆ ਜਿਹੜੀ ਹੁਣ ਇਹਨਾਂ ਦੀ ਭਰਜਾਈ ਮੇਰੀ, ਉਹ ਭਾਣਜੀ ਆ, ਉਹਦੀ ਕੁੜੀ ਆ, ਉਦੋਂ ਸਾਲ ਦੀ ਸੀ ਉਹ। ਅੱਛਾ। ਉਹ ਫੁੱਫੀ ਜਦ ਵਿਆਹ ਹੀ ਸੀ, ਉਹ ਮੁੰਡਾ 4 ਸਾਲਾਂ ਦਾ ਸੀ, ਮੇਰੀ ਫੁੱਫੀ ਦਾ ਪੁੱਤ ਜਿਹਨਾਂ ਨਕਾਈ ਉਹ ਮਰ ਗਿਆ, ਅਤੇ ਮਾਂ ਇਹਦੀ ਹੈਗੀ ਹਾਲੇ। ਫੁੱਫੀ ਦਾ ਕੀ ਨਾਂ ਸੀ? ਫੁੱਫੀ ਦਾ ਨਾਂ ਵੀਰੋ। ਤੁਹਾਡੇ ਦਾਦੇ ਦਾ ਕੀ ਨਾਂ ਸੀ? ਹੈਂ? ਤੁਹਾਡੇ ਦਾਦੇ ਦਾ ਕੀ ਨਾਂ ਸੀ? ਦਾਦੇ ਦਾ ਨਾਂ ਨਾਂ ਰਹਿਮਾ ਸੀਗਾ। ਅੱਛਾ। ਘਸੀਟਾ ਕਹਿੰਦੇ, ਇੱਕ ਪੈਰ ਘਸੀਟ ਕੇ ਤੁਰਦਾ ਸੀ। ਅੱਛਾ। ਨਾਂ ਰੁਲੀਆ, ਨਾਂ ਰਹਿਮਾ ਸੀ ਉਹਦਾ, ਨਾਂ ਰਹਿਮਾ ਤੇ ਘਸੀਟਾ ਕਹਿੰਦੇ ਸੀਗੇ। ਹਾਂ। ਉਹ ਸਿੱਖਾਂ ਨੇ ਨਾ, ਸਿੱਖਾਂ ਦੇ ਪਿੰਡ ਉਹ ਵਛੇ ਵਛੇ ਖੱਸੀ ਕਰਦਾ ਹੁੰਦਾ ਸੀ। ਅੱਛਾ। ਉਹ ਰੁਪਈਆ ਇੱਕ ਦੇ ਦੇਣਾ, ਰੁਪਈਆ ਰੁਪਈਏ ਦੀ ਕਣਕ ਮਾਣ ਤੋਂ ਬਾਅਦ ਆਉਂਦੀ ਸੀ ਉਦੋਂ, ਨਾ ਗੁੜ ਦੇ ਦੇਣਾ ਦੋ ਭੇਰੀਆਂ, ਉਦੋਂ ਭੇਲੀ ਵੀ ਢਾਈ ਢਾਈ ਤਿੰਨ ਤਿੰਨ ਸਿਰ ਦੀ ਹੁੰਦੀ ਸੀ ਗੁੜ ਦੀ, ਕੋਈ ਆਟਾ ਦੇ ਦੇਣਾ, ਉਹ ਖੱਸੀ ਕਰਦਾ ਹੁੰਦਾ ਸੀ, ਵਛੇ ਬਲਦ ਬਣਾਉਂਦਾ ਸੀਗਾ। ਗੁਲਾਮ ਫਾਤਮਾ। ਤੇ ਨਾਨਕੇ ਕਿੱਥੇ ਰਹਿੰਦੇ ਸੀਗੇ ਤੁਹਾਡੇ? ਉਹ ਵੀ ਇੱਥੇ ਆ ਗਏ ਹੁਣ, ਸਾਡਾ ਉੱਥੇ ਹਿੰਦੁਸਤਾਨ ਦੀ ਆਪਾਂ ਗੱਲ ਕਰਦੇ ਹਾਂ। ਰਹਿੰਦੇ ਦਸਬਾ ਮੁਕੇਰੀਆਂ, ਲਾਗੇ ਝਿੰਗੜਾ ਚੱਕ ਸੀਗਾ। ਅੱਛਾ। ਉੱਥੇ ਰਹਿੰਦੇ ਸੀ, ਗਾਨਾ ਸਟੇਸ਼ਨ ਸੀ ਉਹਦੇ ਲਾਗੇ। ਨਾਨੇ ਦਾ ਨਾਂ ਯਾਦ ਆ? ਹਾਂ। ਕੀ ਨਾਂ? ਵਲੈਤੀ। ਤੇ ਨਾਨੀ? ਨਾਨੀ ਨਾ ਰਹਿਮਤ ਬੀਬੀ। ਤੇ ਮਾਮੇ ਕਿੰਨੇ ਸੀਗੇ ਤੁਹਾਡੇ? ਮਾਮੇ ਦੋ ਸੀਗੇ, ਇੱਕ ਦੇ ਬ੍ਰੇਕ ਹੀ ਮਰ ਗਏ, ਛੋਟਾ ਤਾਜ ਸੀਗਾ। ਅੱਛਾ। ਵੱਡਾ ਅਸਮਾਏ ਦੋ ਇੱਥੇ ਆ ਕੇ ਮਰਿਆ, ਉਹਦੇ ਮੁੰਡੇ ਮੁੰਡੇ ਵੀ ਮਰ ਗਏ, ਮੇਰਾ ਮੇਰੀ ਭੈਣ ਸੀ ਨਾ ਮਾਮੇ ਨੂੰ, ਉਹ ਇੱਥੇ ਰਹਿੰਦੀ, ਉਹ ਬੰਦਾ ਉਹਦਾ ਮਰ ਗਿਆ ਤੇ ਬੁਆ ਛੋਟਾ ਸਖੀ ਸੀਗਾ, ਉਹ ਲਾਂਭੇ ਵਿਆਹ ਸੀ ਕੁੜੀ ਦੇ ਕੇ, ਉਹ ਵੀ ਮਰ ਗਿਆ, ਉਹਦੇ ਬੱਚੇ ਹੈਗੇ ਆ, ਇੱਕ ਪਤਾ ਨਹੀਂ ਪੈਟਰੋਲ ਪੰਪ ਦੇ ਕੰਮ ਕਰਦਾ, ਇੱਕ ਪਤਾ ਨਹੀਂ, ਦੋ ਮੁੰਡੇ ਆ ਉਹਦੇ, ਇੱਕ ਮਰ ਗਿਆ ਸਖੀ ਦੇ, ਤਿੰਨ ਮੁੰਡੇ ਸੀ ਉਹਦੇ। ਅੱਛਾ। ਹੁਣ ਮੈਂ ਤੁਹਾਡੇ ਕੋਲ ਇਹ ਗੱਲ ਪੁੱਛਣ ਲੱਗਾ, ਇਹ ਤੁਹਾਡੀਆਂ ਅੱਖਾਂ ਬਚਪਨ 'ਚੋਂ ਇੱਦਾਂ ਦੀਆਂ ਸੀਗੀਆਂ ਜਾਂ ਬਾਅਦ ਕਿਤੇ ਜ਼ਾਇਆ ਹੋਈਆਂ? ਨਹੀਂ, ਬਾਅਦ 'ਚ ਹੋਈਆਂ। ਉਹ ਕਿੱਦਾਂ? ਆਹ ਜਿਹੜੀ ਹੈ ਨਾ, ਇਹ ਮੋਰ ਕੇ ਬੁਖਾਰ ਨੇ ਮਾਰ ਲਈ। ਅੱਛਾ। ਆਹ ਜਿਹੜੀ ਆ ਇਹ ਮਾਤਾ ਨੇ ਮਾਰੀ, ਜਦੋਂ ਆਏ ਨਾ ਪਾਕਿਸਤਾਨ 'ਚ, ਮੈਨੂੰ ਦਿਸਦਾ ਸੀਗਾ ਤੁਰਨ ਫਿਰਨ ਜੋਗਾ ਉਦੋਂ, ਆਹ ਮੁੜ ਕੇ ਨਵੀਂ ਦਵਾ ਦੇ। ਅੱਛਾ। ਇਹ ਹਿੱਦਗੀ ਦੇ ਬਾਅਦ
ਕੰਮ ਜਾਂਦਾ ਰਿਹਾ ਹੁਣ ਦਵਾਈ ਪਾਉਂਦਾ ਰਹਾਂ ਤਾਂ ਬੱਤੀਆਂ ਬੁੱਤੀਆਂ ਬਲਦੀਆਂ ਦਾ ਪਤਾ ਲੱਗਦਾ ਵੀ ਐਂ ਹੱਥ ਫੇਰਿਆ ਉਦਾਂ ਨੇ ਜਦੋਂ ਆਏ ਆ ਉਦੋਂ ਮੈਨੂੰ ਚੰਦ ਲੋਕਾਂ ਨੂੰ ਦਿਸਦਾ ਸੀਗਾ ਜਦੋਂ ਚੜ੍ਹੇ ਉਦੋਂ ਮੈਨੂੰ ਤੀਸਰੇ ਦਿਨ ਨਜ਼ਰ ਆ ਜਾਂਦਾ ਸੀ ਉਦੋਂ ਮੈਨੂੰ ਤਾਰੇ ਵੀ ਦਿਸਦੇ ਸੀ ਅੱਛਾ ਫਿਰ ਇਹ ਦੱਸੋ ਤੁਸੀਂ ਜਦੋਂ ਫਿਰ ਪਿੰਡ ਜਿਹੜੇ ਮਤਲਬ ਕਿੱਧਰ ਨੂੰ ਗਏ ਸੀਗੇ ਹੈ ਜਦੋਂ ਪਿੰਡ ਛੱਡਿਆ ਤੁਸੀਂ ਆਹੋ ਤੇ ਕਿੱਧਰ ਨੂੰ ਗਿਆ ਸੀ ਜਦੋਂ ਜੱਥਾ ਪਿਆ ਸੀਗਾ ਤਾਂ ਨਹੀਂ ਜੱਥਾ ਤਾਂ ਲੰਘ ਗਿਆ ਸੀ ਨਾ ਅੱਛਾ ਇਹ ਸਾਨੂੰ ਜਗ ਸਿੰਘ ਭਲਵਾਨ ਜਿਹੜਾ ਸੀ ਨਾ ਉਹਨੇ ਵੱਡੇ ਮੁੰਡੇ ਨੂੰ ਰਫਤ ਦਿੱਤੀ ਸੀਗੀ ਨਾਲ ਅੱਛਾ ਨਾਲ 50 ਬੰਦੇ ਘੱਲੇ ਉਹਨੇ ਵੀ ਇਹਨਾਂ ਨੂੰ ਕਪੂਰ ਦੇ ਸ਼ਹਿਰ ਛੱਡਿਓ ਉੱਥੇ ਬਾਦਸ਼ਾਹ ਪਹਿਲਾਂ ਮੁੰਡਾ ਸੀ ਨਾ ਉਹਦਾ ਆਪ ਸ਼ਿਮਲੇ ਗਿਆ ਸੀ ਠੀਕ ਆ ਉਹ ਮੁੰਡੇ ਨੇ ਮਰਵਾਏ ਜਦੋਂ ਇਹ ਬਾਦਸ਼ਾਹ ਆ ਗਿਆ ਨਾ ਉਹਨੇ ਨੀ ਮਾਰਨ ਦਿੱਤਾ ਕੋਈ ਅੱਛਾ ਕਹਿੰਦਾ ਜਿਹੜਾ ਇੱਕ ਮਾਰੂ ਮੈਂ 5 ਮਾਰਨੇ ਆ ਉਹਦੇ ਬਾਦਸ਼ਾਹ ਦਾ ਨਾਂ ਕੀ ਸੀਗਾ ਹਾਂਜੀ ਬਾਦਸ਼ਾਹ ਦਾ ਨਾਂ ਯਾਦ ਆ ਸਲਵਾਨ ਅੱਛਾ ਸਲਵਾਨ ਸੀ ਉਹਦਾ ਨਾਂ ਤੇ ਜਿਹੜਾ ਉਹਦਾ ਮੁੰਡਾ ਸੀਗਾ ਉਹਦਾ ਨਾਂ ਉਹਦਾ ਨਾਂ ਟਿੱਕਾ ਟਿੱਕਾ ਸੀ ਉਹਦਾ ਨਾਂ ਠੀਕ ਠੀਕ ਅੱਛਾ ਫਿਰ ਯਾਨੀ ਉਹ ਤੁਹਾਨੂੰ ਫਿਰ ਕਪੂਰਥਲੇ ਛੱਡ ਆਇਆ ਰਿਹਾ ਸੀ ਆਹੋ ਅਸੀਂ ਉੱਥੋਂ ਤੁਰੇ ਰਾਤ ਨੂੰ ਨਿਕਲੇ ਅਜੇ ਮੇਰੀ ਫੁੱਫੀ ਹੈ ਦਿਆਲਪੁਰ ਉਹ ਵੀ ਦਿਆਲਪੁਰ ਹੀ ਵੀ ਇੱਥੇ ਬੈਠੇ ਆ ਅੱਛਾ ਉਹਨਾਂ ਕੋਲ ਆ ਗਏ ਸਿੱਖਾਂ ਦੇ ਕੋਲ ਉਹ ਜਾਣਦੇ ਸੀਗੇ ਅੱਛਾ ਤੇ ਉਹਨਾਂ ਫਲੌਰ ਦਾ ਕੰਮ ਜਿਹੜਾ ਸੀ ਨਾ ਉਹ ਬੈਠਾ ਹੀ ਸੜਕ ਤੇ ਅੱਛਾ ਉਹ ਸਾਨੂੰ ਫਿਰ ਸਵੇਰ ਨੂੰ ਨਾ ਕੰਮ ਨਾਲ ਰਲਾ ਤਾ ਉਹ ਸਾਡੇ ਜੋ ਬੰਦਾ ਇੱਕ ਸੀਗਾ ਉਹ ਫੌਜ ਵੱਲ ਗਿਆ ਕਹਿੰਦਾ ਵੀ ਬੰਦੇ ਇੱਥੇ ਆਏ ਰਾਤ ਦੇ ਤੇ ਉਹ ਸਿੱਖ ਦੇ ਘਰ ਗਏ ਉਹ ਸਿੱਖ ਨੂੰ ਉਹ ਕਹਿਣ ਗਏ ਜੀ ਮੈਂ ਨਾ ਰਲਾ ਤੇ ਉਹਨਾਂ ਫਿਰ ਕਾਰਜ ਭਾ ਲਿਆ ਉਹਨੂੰ ਜਿੱਥੋਂ ਆਉਣਗੇ ਨਾ ਸਾਨੂੰ ਦੱਸੇ ਵਿਆਹ ਵਾ ਉਹ ਵਾ ਮੇਰੇ ਦੇਖ ਲਿਆ ਸਾਨੂੰ ਕਹਿੰਦਾ ਜੀ ਆਹ ਵਾ ਬੰਦੇ ਕਹਿਣ ਲੱਗਾ ਹੁਣ ਤੂੰ ਇੱਦਾਂ ਕਰ ਲਿਆ ਮਰੱਬਾ ਹਟਮਾ ਹੋ ਕੇ ਜਾਵੀ ਤੈਨੂੰ ਮਾਰਨਾ ਦਵੇ ਕੋਈ ਫੌਜੀ ਠੀਕ ਆ ਉਹ ਫਿਰ ਨਾਮੇ ਨਾਮੇ ਮਿਲਕ ਪੈਣਾ ਆਏ ਸੀਗੇ ਸਾਰਾ ਹੀ ਅਸੀਂ ਤੁਰ ਕੇ ਅੱਛਾ ਫਿਰ ਅੱਗੇ ਤੁਰ ਕੇ ਫਿਰ ਕਿਤੇ ਗੱਡੀ ਬਹਿ ਗਏ ਸੀਗੇ ਫਿਰ ਗੱਡੀ ਬਿਆਸ ਤੋਂ ਆ ਕੇ ਬੈਠੇ ਨਾ ਉੱਥੋਂ ਹੈ 10-12 ਮੀਲ ਪੈਣਾ ਅੱਛਾ ਦਰਿਆ ਦਾ ਪੁਲ ਸੀ ਉਹਦਾ ਸਟੇਸ਼ਨ ਦਾ ਨਾਮ ਬਿਆਸ ਹੀ ਸੀਗਾ ਦਰਿਆ ਲੰਘ ਕੇ ਉਧਰਲੀ ਸਾਈਡ ਤੇ ਉੱਥੋਂ ਰਾਤ ਰਹਿ ਆਟਾ ਦਿੱਤਾ ਉਹਨਾਂ ਜੀਨਾਂ ਦੇ ਹਿਸਾਬ ਦਾ ਉਹ ਘਾਹ ਘੂ ਪੁੱਟ ਕੇ ਅੱਗ ਬਾਲ ਕੇ ਰੋਟੀਆਂ ਪਕਾਈਆਂ ਲੂਣ ਨਾਲ ਖਾਧੀਆਂ ਬਸ ਸੌਂ ਗਏ ਦਸ ਦਿਨ ਚੜਿਆ ਦਾ ਫਿਰ ਉਹਨਾਂ ਨੇ ਸਟੇਸ਼ਨ ਅੱਧਾ ਕਮੀਰ ਸੀ ਉੱਥੋਂ ਇਹਦੇ ਲਹਿੰਦੇ ਪਾਸੇ ਉੱਥੇ ਲਿਆਂਦਾ ਜਿਹੜੇ ਜਿਹਨਾਂ ਗੱਡੀਆਂ ਵਾਲੇ ਸੀ ਨਾ ਉਹ ਫਿਰ ਆਏ ਪੈਦਲ ਜਿਹੜੇ ਪੈਦਲ ਤੁਰੇ ਆਉਂਦੇ ਸੀ ਨਾ ਉਹਨਾਂ ਨੂੰ ਭਾਇਆ ਪੈਦਲ ਬਹੁਤ ਸੀ ਬੰਦੇ ਗੱਡੀ ਭਰ ਗਈ ਪੂਰੀ ਤੇ ਗੱਡੀ ਦੀ ਹਿਫਾਜ਼ਤ ਲਈ ਫਿਰ ਫੌਜ ਸੀਗੀ ਨਾਲ ਹਾਂ ਫੌਜ ਫੌਜ ਕਿਹਨਾਂ ਦੀ ਸੀਗੀ ਫੌਜ ਫੌਜ ਆਪਣੀ ਪਾਕਿਸਤਾਨੀ ਬਲੋਚ ਸੀਗੇ ਬਲੋਚਿਸਤਾਨ ਦੇ ਅੱਛਾ ਗੱਡੀ ਫਿਰ ਕਿੱਥੇ ਦੀ ਤੁਹਾਨੂੰ ਕਿੱਥੇ ਲਾਇਆ ਤੁਹਾਨੂੰ ਗੱਡੀ ਨੇ ਆ ਕੇ ਧੋਖਾ ਮੰਡੀ ਕੁੜੀ ਮਰ ਗਈ ਇਹਦਾ ਪਤਾ ਨੀ ਉਹਦੇ ਵੀ ਮਾਮਾ ਸੀਗਾ ਇੱਥੇ ਮੈਂ ਸਾਡੀ ਫੁੱਫੀ ਦਾ ਬੰਦਾ ਸੀ ਉਹ ਉਹਨਾਂ ਦਾ ਮਾਮਾ ਲੱਗਦਾ ਸੀ ਉਹ ਸਦਰਾ ਸੀ ਉਹਦਾ ਨਾਂ ਉਹਨਾਂ ਦਾ ਨੀ ਪਤਾ ਇਹ ਮੁੜ ਕੇ ਫਿਰ ਬੱਸ ਬੈਠੇ ਲਾਹੌਰ ਚਲ ਗਏ ਲਾਹੌਰੋਂ ਬੈਠੇ ਗੱਡੀ ਦੇ ਰਾਤ ਨੂੰ ਆ ਕੇ ਨਾ ਲੈਲਪੁਰ ਲਾਇਆ ਉਦੋਂ ਉੱਥੇ ਬਾਹਰ ਨਿਕਲ ਕੇ ਸਵੇਰ ਸੌਂ ਗਏ ਸਵੇਰ ਨੂੰ ਫਿਰ ਮੁਲਤਾਨ ਐਸ ਪੈਸੰਜਰ ਗੱਡੀ ਇੱਥੇ ਆ ਕੇ ਤੜਕੇ ਹੀ ਗੋਜਰੇ ਆ ਗਏ ਸਮਾਨ ਚੁੱਕਿਆ ਆ ਗਿਆ ਪਹਿਲਾਂ ਤਾਂ ਭੂਆ ਦੇ ਘਰ ਰੱਖਿਆ ਸਭ ਦਾ ਫਿਰ ਜਗ੍ਹਾ ਮਿਲੀ ਤੇ ਫਿਰ ਆਪਣੇ ਮਕਾਨਾਂ 'ਚ ਰੱਖੇ ਮੈਂ ਗੱਡੀ ਦੇ ਕੰਮ ਕਰਦਾ ਹੁੰਦਾ ਸੀ ਨਾ ਹਿੰਦੁਸਤਾਨ 'ਚ ਵੀ
ਗੜੀ ਦੇ ਮੰਗਣ ਜਾਂਦਾ ਰਿਹਾ ਨਵੀਨਾ ਨਹੀਂ ਸੀਗਾ ਮੁੜ ਕੇ ਮੁਰਸ਼ਦ ਫੜ ਲਿਆ ਫਿਰ ਸੌਦਾ ਵੇਚਣਾ ਪਿਆ ਨਗੇ ਨਹੀਂ ਕੰਮ ਚੰਗਾ ਅੱਛਾ ਹੁਣ ਇਹ ਦੱਸੋ ਬਈ ਜਿਹੜਾ ਜਿਵੇਂ ਤੁਸੀਂ ਦੱਸਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਸਿੱਖ ਵੀ ਰਹਿੰਦੇ ਸੀਗੇ ਹਾਂਜੀ ਸਿੱਖ ਵੀ ਰਹਿੰਦੇ ਸੀਗੇ ਨਾ ਸਾਰੇ ਸਿੱਖ ਸੀ ਅੱਛਾ ਹਾਂ ਜਾਂ ਚੂੜੀਆਂ ਦੇ ਘਰ ਅੱਛਾ ਤੁਹਾਡੇ ਕੋਈ ਨਿੱਕੀਆਂ ਹੁੰਦੀਆਂ ਦੇ ਕੋਈ ਯਾਰ ਬੇਲੀ ਸਿੱਖ ਸੀਗੇ ਬਹੁਤ ਕੋਈ ਨਾਂ ਦੱਸੋ ਹਾਂ ਕਿਹੜੇ ਕਿਹੜੇ ਤੁਹਾਨੂੰ ਨਾਂ ਯਾਦ ਹੋਣੇ ਆਪਣੇ ਬੇਲੀਆਂ ਦੇ ਨਾਂ ਸਾਡੇ ਲਾਗੇ ਰਹਿੰਦਾ ਮੰਗਲ ਸੀ ਉਹਦਾ ਨਾਂ ਅੱਛਾ ਉਹਨਾਂ ਦੇ ਉਹਦੇ ਫਿਰਦੇ ਨੇ ਨਾ ਇਕੱਠੇ ਹੀ ਹਾਂ ਹੋਰ ਜਿਹੜੇ ਉਹ ਸਿੱਖ ਦੂਰ ਸੀ ਉਹਨਾਂ ਦੇ ਨਾਲ ਨਹੀਂ ਹਿੰਦੂ ਸੀਗੇ ਉਹ ਨਹੀਂ ਖੇਡਦੇ ਉਹ ਸੁਨਿਆਰੇ ਸੀਗੇ ਕੀ ਨਾਂ ਸੀ ਉਹਨਾਂ ਸੁਨਿਆਰਿਆਂ ਦਾ ਉਹਨਾਂ ਦਾ ਇੰਦਰ ਸੀਗਾ ਅੱਛਾ ਦੋ ਮੁੰਡੇ ਵੱਡੇ ਸੀ ਇੱਕ ਦਾ ਨਾਮ ਸੋਹਣ ਸੀਗਾ ਇੱਕ ਦਾ ਨਾਮ ਮੋਹਨ ਸੀਗਾ ਛੋਟਾ ਸੀਗਾ ਸਾਰਿਆਂ ਤੋਂ ਪੰਜਾਂ ਛਿਆਂ ਸਾਲਾਂ ਦਾ ਉਹਦਾ ਨਾਮ ਮਨੋਹਰ ਸੀ ਉਹਦਾ ਨਾਂ ਅੱਛਾ ਫਿਰ ਮੁੰਡੇ ਜਿਵੇਂ ਸ਼ਰਾਰਤਾਂ ਕਰਦੇ ਖੇਡਦੇ ਖੁੱਡਦੇ ਕੋਈ ਤੁਸੀਂ ਵੀ ਕਰਦੇ ਸੀ ਸ਼ਰਾਰਤਾਂ ਕਿਸੇ ਦੀ ਕੋਈ ਚੀਜ਼ ਨਹੀਂ ਮੈਨੂੰ ਦਿਸਦਾ ਸੀ ਉਦੋਂ ਕਿਸੇ ਦੇ ਗੋਹੇ ਖਰਾਬ ਕਰ ਲੈ ਉਸ ਵਕਤ ਦੀ ਗੱਲ ਕਰ ਲੈ ਨਹੀਂ ਨਹੀਂ ਮੈਨੂੰ ਨਜ਼ਰ ਆਉਂਦਾ ਸੀ ਨਾ ਉਦੋਂ ਹਾਂ ਉਹ ਤਾਂ ਠੀਕ ਆ ਸ਼ਰਾਰਤਾਂ ਸ਼ੁਰੂ ਤਾਂ ਕੀ ਕਰਨੀ ਆ ਅੱਛਾ ਸਕੂਲੇ ਗਏ ਸੀ ਤੁਸੀਂ ਹਾਂਜੀ ਸਕੂਲੇ ਸਕੂਲੇ ਜਾਂਦੇ ਰਹੇ ਆ ਮੈਂ ਪੜਿਆ ਪੜਿਆ ਨਹੀਂ ਕੁਛ ਵੀ ਸਕੂਲ ਪਿੰਡ 'ਚ ਸੀਗਾ ਜਾਂ ਕਿਤੇ ਹੋਰ ਦੇ ਨਹੀਂ ਇੱਥੇ ਪਿੰਡ 'ਚ ਹੀ ਸੀਗਾ ਹੈਗਾ ਸੀਗਾ ਕੋਈ ਤਿੰਨ ਚਾਰ ਪੈਰੀਆਂ ਹਟਮਾਨ ਇੱਧਰ ਪਹਾੜ ਆਏ ਪਾਸੇ ਅੱਛਾ ਜਿੱਦਾਂ ਦੇ ਪਾਸੇ ਲੈਣ ਸੀ ਨਾ ਗੱਡੀ ਦੀ ਉੱਧਰ ਹੀ ਸੀਗਾ ਅੱਛਾ ਸਕੂਲ ਦੇ ਮਾਸਟਰ ਸਿੱਖ ਸੀਗੇ ਹੈਂ ਸਕੂਲ ਦੇ ਜਿਹੜੇ ਮੁਸਤਾਦ ਨਹੀਂ ਨਹੀਂ ਉਹ ਰਾਜਪੂਤ ਸੀ ਅੱਛਾ ਉਹ ਲਾਗੇ ਮੋਠਾਣਾ ਚੱਕ ਸੀਗਾ ਉਹ ਉੱਥੋਂ ਦਾ ਸੀ ਅਦਾਜਾਦ ਸੀ ਉਹਦਾ ਨਾਂ ਅੱਛਾ ਉਹਦਾ ਪੜ੍ਹਾਇਆ ਬੰਦਾ ਫਿਰ ਨਹੀਂ ਹੋਇਆ ਕੋਈ ਵੀ ਅੱਛਾ ਹੁਣ ਤੁਸੀਂ ਕਿਹਾ ਵੀ ਤੁਹਾਨੂੰ ਆਪਣਾ ਪਿੰਡ ਯਾਦ ਆਉਂਦਾ ਮੈਂ ਗਿਆ ਖਾਬ ਜੇ ਇੱਕ ਦਿਨ ਥੋੜੇ ਦਿਨ ਹੋ ਗਏ ਉੱਥੇ ਹਾਂ ਕੀ ਦੇਖਿਆ ਫਿਰ ਖਾਬ ਦੇ ਵਿੱਚ ਬੰਦਾ ਵਾਕਮ ਮੈਨੂੰ ਕੋਈ ਨਹੀਂ ਟਕਰਿਆ ਇੱਕ ਦੁਕਾਨਦਾਰ ਦਾ ਮੁੰਡਾ ਟਕਰਿਆ ਉਹ ਖਤਰੀ ਸੀ ਉਹ ਕਹਿੰਦਾ ਮੈਂ ਉਹਦਾ ਮੁੰਡਾ ਅੱਛਾ ਕੀ ਨਾਂ ਦੱਸਿਆ ਉਹਨੇ ਆਪਣਾ ਨਾਂ ਤੇ ਉਹਦੇ ਪਿਓ ਦਾ ਮੈਨੂੰ ਪਤਾ ਮੋਹਨ ਸੋਨ ਸੀ ਉਹਦਾ ਨਾਂ ਠੀਕ ਆ ਉਹਦਾ ਨਾਂ ਦਾ ਮੈਨੂੰ ਜੇਨ ਚ ਮਿਲਿਆ ਠੀਕ ਆ ਠੀਕ ਅੱਛਾ ਤੇ ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀਗਾ ਹਾਂ ਉਹਦੇ ਵਿੱਚ ਪਾਣੀ ਪੀਣ ਦਾ ਕੀ ਬੰਦੋਬਸਤ ਕਰਦੇ ਸੀਗੇ ਤੁਸੀਂ ਪਾਣੀ ਥੱਲੇ ਦਾ ਪੀਣ ਵਾਲਾ ਸੀ ਖੂਹੀ ਲਾਈ ਸੀ ਇੱਕ ਬੰਦਾ ਸਿੱਖਾਂ ਦਾ ਇੱਕ ਬੰਦਾ ਸਾਡਾ ਅੱਛਾ ਵਿਚਾਰੇ ਐਸ ਨਾਲ ਨਾ ਮਨ ਜੀ ਬਣਾਈ ਨਹੀਂ ਸੀ ਅੱਛਾ ਨਿਸ਼ਾਨੀ ਅੱਛਾ ਆਪਣੇ ਆਪਣੇ ਉੱਥੋਂ ਪਾਣੀ ਲੈਂਦੇ ਸੀ ਆਹੋ ਉੱਥੋਂ ਘੜੇ ਭਰ ਕੇ ਮਾਈ ਦੇ ਆਉਂਦੀ ਰਹੀ ਆ ਉਹ ਮੇਰੀ ਚਾਚੀ ਜਿਹੜੀ ਖੁਸ਼ੀ ਇਹਦੇ ਘਰੋਂ ਉਹਦੇ ਆਉਂਦੀ ਰਹੀ ਆ ਜੀ ਬਾਅਦ ਚ ਵਿਆਹ ਆ ਨਾ ਅੱਛਾ ਛੋਟੇ ਹੁੰਦੇ ਫਿਰ ਤੁਸੀਂ ਗੁਰਦੁਆਰੇ ਤੇ ਕਦੀ ਨੀ ਗਏ ਉਹਨਾਂ ਦੇ ਹੈ ਉਹਨਾਂ ਦਾ ਗੁਰਦੁਆਰਾ ਸੀਗਾ ਉੱਥੇ ਆਹੋ ਫਿਰ ਤੁਸੀਂ ਤੇ ਚਲੇ ਜਾਂਦੇ ਹੋਣੇ ਉੱਥੇ ਉਹ ਜਦੋਂ ਸਿੱਖਾਂ ਦੀ ਜਾਨ ਜਾਵੇ ਉਦੋਂ ਸਿੱਖਾਂ ਦੀ ਗੱਡੀ ਮੈਂ ਬਾਹਰ ਲਾ ਪਾਣੀ ਮੈਨੂੰ ਨਾ ਪੈਸੇ ਦੇ ਜਾਣੇ ਮੈਂ ਸਿਗਰਟਾਂ ਹਿੰਦੁਸਤਾਨ ਦਾ ਪੀਂਦਾ ਹਿਸਾਬ ਦਾ ਲਾ ਲਓ ਅੱਛਾ ਉਦੋਂ ਪੈਸੇ ਦੀ ਡੱਬੀ ਆਉਂਦੀ ਸੀ ਲੰਬ ਦੀ ਪੰਜ ਸਿਗਰਟਾਂ ਹੁੰਦੀਆਂ ਸੀ ਉਹ 'ਚ ਅੱਛਾ ਅਤੇ ਵਿਆਹ 'ਤੇ ਫਿਰ ਜਿਹੜੀ ਛਾਵਾਂ ਛੂਵਾਂ ਵੰਡਦੇ ਸੀ ਉਹ ਵੀ ਲੈ ਲੈਂਦੇ ਸੀਗੇ ਹੈਂ ਵਿਆਹ 'ਤੇ ਜਿਹੜੀ ਛਾਇਆ ਪਕਾਉਂਦੇ ਸੀਗੇ ਆਹੋ ਉਹ ਵੀ ਖਾ ਲੈਂਦੇ ਸੀਗੇ ਹਾਂ ਉਦੋਂ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਸੀ ਸਹੀ ਗੱਲ ਸਹੀ ਗੱਲ ਕਰਨੀ ਚਾਹੀਦੀ ਆ ਮਸੀਤ ਹੈਗੀ ਸਾਡੇ ਪਿੰਡ ਜੁੰਜ ਆਹੋ ਮਸੀਤ ਚੰਗੀ ਵੱਡੀ ਸੀਗੀ ਐਵੇਂ ਗੁਜ਼ਾਰੇ ਲੈ ਨਹੀਂ ਨਹੀਂ ਛੋਟੀ ਸੀ ਕੱਚੀ ਕੇ ਪੱਕੀ ਪੱਕੀ ਸੀਗੀ ਅੱਛਾ ਤੇ ਤੁਹਾਡੇ ਘਰ ਖੂਹ ਹੀ ਲੱਗੀ ਸੀਗੀ ਹਾਂਜੀ ਤੁਹਾਡੇ ਘਰ ਖੂਹ ਸੀਗਾ ਪਾਣੀ ਪੀਣ ਲਈ ਖੂਹ ਹਾਂ ਉਹ ਖੂਹ ਪਿੰਡੋਂ ਬਾਹਰ ਹੀ ਸੀ ਸਾਡਾ ਘਰ ਸੀਗਾ ਕੋਈ
ਪੈ ਜਿਹੜ ਪੈ ਵਿੱਚੋਂ ਗਲੀਆਂ ਲੰਘ ਕੇ ਫੇਰ ਜਾਣਾ ਪੈਂਦਾ ਸੀ ਦੋ ਪੈਲੀਆਂ ਹੁਣ ਆਹੋ ਕਿੰਨੇ ਕਮਰੇ ਸੀਗੇ ਸਾਡੇ ਹਾਂ ਸਾਡੇ ਕਮਰੇ ਇੱਕ ਮੇਰੇ ਚਾਚੇ ਦਾ ਸੀ ਜਿਹੜਾ ਮਰ ਗਿਆ ਖੁਸ਼ੀ ਆ ਉਹਦਾ ਸਾਡੇ ਆ ਦੋ ਕਮਰੇ ਸੀ ਇੱਕ ਛੋਟੇ ਦਾ ਇੱਕ ਮੇਰੇ ਪਿਓ ਦਾ ਮਾਮਾ ਉੱਥੇ ਰਹਿ ਗਿਆ ਸੀ ਨਾ ਉਹਨੂੰ ਦੇ ਆਏ ਉਹ ਫੀਮ ਖਾਂਦਾ ਸੀਗਾ ਉਹਨੇ ਕੜਾ ਪਾ ਲਿਆ ਸੀ ਬਾਜ ਸਿੱਖ ਬਣ ਗਿਆ ਸਰਦਾਰ ਹੋ ਗਿਆ ਕੀ ਨਾਂ ਸੀ ਉਹਦਾ ਬੂਟਾ ਤੇ ਫਿਰ ਉਹਨੇ ਕੀ ਇਹ ਵੀ ਪਤਾ ਵੀ ਕੀ ਨਾਂ ਰੱਖਿਆ ਸੀਗਾ ਸਰਦਾਰ ਬਣ ਕੇ ਉਹਨੇ ਉਹਦਾ ਨਾਂ ਬੂਟਾ ਸੀ ਤੇ ਉਹ ਪਿੰਡ ਦੇ ਪਸ਼ੂ ਚਾਰਦਾ ਹੁੰਦਾ ਸੀਗਾ ਅੱਛਾ ਫਿਰ ਉੱਥੇ ਸਰਦਾਰ ਬਣ ਗਿਆ ਉੱਥੇ ਰਹਿ ਗਿਆ ਹਾਂ ਉੱਥੇ ਰਹਿ ਗਿਆ ਉਹ ਡੋਡੇ ਉੱਥੇ ਹੁੰਦੇ ਸੀਗੇ ਅੱਛਾ ਡੋਡੇ ਤੋੜ ਕੇ ਉਹ ਮਲ ਕੇ ਪੀ ਲੈਂਦਾ ਸੀ ਫਿਰ ਵੀ ਠੇਕਾ ਪਿੰਡ ਵਿੱਚ ਸੀਗਾ ਆਹੋ ਤੇ ਫਿਰ ਉਹ ਕਦੀ ਆਇਆ ਨੀ ਤੁਹਾਨੂੰ ਮਿਲਣ ਲਈ ਨਹੀਂ ਨਹੀਂ ਉੱਥੇ ਰਿਹਾ ਉੱਥੇ ਮਰਿਆ ਨਹੀਂ ਮਤਲਬ ਤੁਹਾਨੂੰ ਮਿਲਣ ਲਈ ਕਦੀ ਨਹੀਂ ਨਹੀਂ ਉਹ ਮਰ ਗਿਆ ਹੋਣਾ ਬਹੁਤ ਸਿਆਣਾ ਸੀ ਉਹਦੇ ਬੁੜੇ ਹੋਣਾ ਦਾ ਮਾਮਾ ਸੀ ਇਹਨਾਂ ਦਾ ਵੀ ਵੱਡਾ ਸੀ ਉਮਰ ਚ ਬਹੁਤ ਅੱਛਾ ਇੱਕ ਇਹ ਬੰਦਾ ਉੱਥੇ ਰਿਹਾ ਤੇ ਇੱਕ ਹੋਰ ਸਿਆ ਉਹ ਖੱਦਰ ਖੁਦਰ ਹੋਣ ਦਾ ਉਹ ਵੀ ਸਿਆਣਾ ਬੰਦਾ ਸੀ ਉਹ ਵੀ ਉੱਥੇ ਰਹਿ ਗਿਆ ਸੀ ਉਹਨੇ ਵੀ ਸਿੱਖਾਂ ਨੇ ਰੱਖ ਲਿਆ ਸੀਗਾ ਵੀ ਤੈਨੂੰ ਨੀ ਮਾਰ ਮਾਰਦਾ ਨੀ ਕੋਈ ਵੀ ਉਹ ਮਰ ਗਏ ਹੁਣ ਉੱਥੇ ਠੀਕ ਤੇ ਤੁਹਾਨੂੰ ਨੀ ਰੱਖਿਆ ਉਹਨਾਂ ਨੇ ਨਹੀਂ ਅਸੀਂ ਆਪ ਹੀ ਨੀ ਰਹੇ ਕਿ ਜਾਣਾ ਪੈਣਾ ਅੱਛਾ ਤੁਹਾਡੇ ਪਿੰਡ ਦੇ ਵਿੱਚ ਖਰਾਸ ਸੀਗਾ ਖਰਾਸ 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 ਤਿੰਨ ਚਾਰ ਸੀਗੇ ਕਿਹਨਾਂ ਦੇ ਸੀਗੇ ਉਹ ਇੱਕ ਮੁਸਲਮਾਨਾਂ ਦਾ ਵੀ ਹੈਗਾ ਸੀ ਮੁਸਲਮਾਨ ਲਵਾਰ ਖਾਨ ਸੀ ਨਾ ਉਹਦੇ ਦੇ ਪਾਸੇ ਆ ਦੱਖਣ ਵਾਲੇ ਪਾਸੇ ਉਹਨਾਂ ਦਾ ਹੈਗਾ ਸੀ ਬਾਕੀ ਇਹ ਮਿਸਤਰੀਆਂ ਦੇ ਸੀਗੇ ਉਹ ਜਿਹੜੇ ਮਿਸਤਰੀ ਸੀਗੇ ਉਹਨਾਂ ਦਾ ਕੀ ਨਾਂ ਸੀਗੇ ਇੱਕ ਨਾਂ ਜਵਾਹਰ ਸਿੰਘ ਸੀਗਾ ਹਾਂ ਉਹ ਜਿਹੜਾ ਪਾਦਰ ਬੰਦਾ ਸੀਗਾ ਦੂਸਰੀ ਗਲੀ ਸਾਹਮਣੇ ਉਹਦਾ ਨਾਮ ਦਾ ਨੀ ਪਤਾ ਉੱਥੇ ਵੀ ਹੈਗਾ ਸੀ ਖਰਾਸ ਉੱਥੇ ਜੋਗੀ ਪੀਰ ਵੀ ਸੀਗਾ ਜਿਹੜਾ ਪੂਜਦੇ ਸੀ ਉਹ ਮਹੀਨੇ ਬਾਅਦ ਉੱਥੇ ਸੇਵੀਆਂ ਪਾਉਂਦੇ ਹੋਏ ਉਹ ਜਨਾਨੀਆਂ ਉਹਨਾਂ ਦੀਆਂ ਅੱਛਾ ਜੋਗੀ ਪੀਰ ਹਾਂ ਜੋਗੀ ਪੀਰ ਉਹਨੂੰ ਕਹਿੰਦੇ ਆ ਉਹ ਉਹ ਗੁੱਗੇ ਨੂੰ ਪੂਜਦੇ ਸੀ ਨਾ ਉਹਦਾ ਗੁੱਗਾ ਸੀ ਨਾ ਉਹ ਸਿੱਖ ਸੀਗਾ ਅੱਛਾ ਉਹ ਸੱਪਾਂ ਨੂੰ ਖਾ ਜਾਂਦਾ ਸੀ ਉਂਝ ਹੀ ਆਹੋ ਇੱਕ ਸੱਪ ਨੇ ਫਿਰ ਨਾ ਜ਼ਹਿਰ ਇਕੱਠੀ ਕਰਕੇ ਤਾਂ ਉਹਨੂੰ ਮਾਰਿਆ ਲੜ ਗਿਆ ਉਹਦੇ ਘਰਦਿਆਂ ਨੂੰ ਕਿਹਾ ਮੈਨੂੰ ਖਾ ਲਓ ਉਹ ਉਹਨਾਂ ਨੇ ਖਾਧਾ ਨਹੀਂ ਜੇ ਕਹਿੰਦੇ ਸੱਪ ਲੜ ਕੇ ਮਰੂਗਾ ਨਾ ਕੋਈ ਵੀ ਜੇ ਖਾ ਲਉਂਗੇ ਤੇ ਸੱਪ ਲੜਦੇ ਨਾ ਅੱਠਾਂ ਬਾਰਾਂ ਬਾਅਦ ਬੰਦਾ ਮਰਦਾ ਬੇਹੋਸ਼ ਹੋ ਜਾਂਦਾ ਮਰਦਾ ਨਹੀਂ ਅੱਠਾਂ ਬਾਰਾਂ ਬਾਅਦ ਮਰਦਾ ਅੱਛਾ ਠੀਕ 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 ਉਹ ਜਿਹੜੇ ਮੁਸਲਮਾਨ ਸੀਗੇ ਉਹ ਨਾ ਨਾਂ ਨੀ ਜਿੰਝ ਰਿਹਾ ਉਹ ਮੋਹਰਾ ਸੀ ਪਤਾ ਨੀ ਨਾਂ ਉਹਦਾ ਖਰਾਬ ਸੀ ਉਹਦਾ ਕਈਆਂ ਚੰਦੇ ਸੀਗੇ ਕਈਆਂ ਦੇ ਟੁੱਟੇ ਹੋਏ ਮੁੜ ਕੇ ਜੋੜ ਵੀ ਲਾਉਂਦੇ ਸੀਗੇ ਉਹ ਮੁਸਲਮਾਨ ਸੀਗੇ ਅੱਛਾ ਤੁਹਾਡੇ ਉੱਥੇ ਵਾਹੀਆਂ ਖੂਹ ਦੀਆਂ ਆਉਂਦੀਆਂ ਸੀਗੀਆਂ ਵਾਹੀਆਂ ਖੂਹ ਦੇ ਨਾਲ ਕਰਦੇ ਸੀ ਖੂਹ ਦਾ ਪਾਣੀ ਲੱਗਦਾ ਸੀਗਾ ਆਹੋ ਖੂਹ ਦਾ ਪਾਣੀ ਲੱਗਦਾ ਸੀ ਨਹਿਰ ਨਹੀਂ ਹੈਗੀ ਨਹਿਰ ਕੋਈ ਨੀ ਸੀ ਨੇੜੇ ਉਹ ਤੇ ਬਾਰਿਸ਼ਾਂ ਬਹੁਤ ਹੁੰਦੀਆਂ ਲੋਕ ਓਦਾਂ ਬੀਜ ਦਿੰਦੇ ਸੀ ਮਾਰੂ ਜ਼ਮੀਨ ਸੀਗੀ ਬਾਰਿਸ਼ ਪੈਂਦੀ ਰਹਿੰਦੀ ਸੀ ਤੇ ਠੀਕ ਹੈ ਕਣਕ ਛੋ ਤੇ ਬੀਜ ਦਿੰਦੇ ਸੀ ਲੋਕੀ ਰੇਤ ਦਾ ਇਲਾਕਾ ਸੀਗਾ ਬਸ ਉਹ
ਕਈਆਂ ਨੇ ਲਾਇਆ ਖੂਹ, ਉਹ ਵੀ ਮੱਕੀ ਬੀਜਣ ਵਾਸਤੇ। ਮੱਕੀ ਬਗੈਰ ਪਾਣੀ ਉਹਨੇ ਨਾ ਹੁੰਦੀ, ਕਣਕ ਤੇ ਹੋ ਜਾਂਦੀ ਆ ਮੀਂਹ ਦੇ ਪਾਣੀ ਨਾਲ, ਮੱਕੀ ਨਹੀਂ ਹੁੰਦੀ। ਮੱਕੀ ਸਾਡੇ ਅਸੀਂ ਵੀ ਵਾਹੀ ਕੀਤੀ ਸੀ ਬੁੜੇ ਨੇ। ਹਾਂ, ਮੈਂ ਉਹਦੇ ਨਾਲ ਬਹੁਤ ਹੱਕਦਾ ਹੁੰਦਾ ਸੀਗਾ। ਵਾਣ ਚ ਆ ਕੇ ਵੱਢਦੇ ਨੇ। ਅੱਛਾ, ਉਹ ਚਰਖਾ ਪਿਆ ਬਾਹਰ, ਉਹਨਾਂ ਵੱਢ ਚੜਾਈਦਾ ਨਵਾਂ ਛੱਡ ਕੇ। ਅੱਛਾ, ਉਹਦੇ ਨਾਲ ਵੱਢ ਚੜਾਈਦਾ। ਹੁਣ ਕੰਮ ਹਾਦਮੀਆਂ ਬਣ ਗਏ, ਹੁਣ ਕੋਈ ਵੀ ਨਹੀਂ ਪੈਂਦਾ ਪੂੰਦਾ ਬਣਾਈ ਦੀਆਂ। ਆ ਪੈਣ ਇੱਕ ਚੀਰੀ ਪਈ ਆ, ਉਹ ਦਿਲ ਨਹੀਂ ਕਰਦਾ ਬੱਚਣ ਨੂੰ। ਹਾਦਮੀਆਂ ਨੇ ਤੰਗ ਕੀਤਾ। ਅੱਛਾ ਅੱਛਾ, ਤੁਹਾਡੇ ਪਿੰਡ ਦੇ ਵਿੱਚ ਕਿਸੇ ਕੋਲ ਰੇਡੀਓ ਸੀਗਾ ਉਸ ਵੇਲੇ? ਰੇਡੀਓ ਉਹ ਤੇ ਹਿੰਦੁਸਤਾਨ ਚ। ਹਾਂਜੀ, ਨਹੀਂ ਤਵੇ ਵਾਲੀ ਮਸ਼ੀਨ। ਤਵੇ ਮਸ਼ੀਨਾਂ ਹੈਗੀਆਂ ਕਿਹਦੇ ਕੋਲ ਸੀਗੀਆਂ? ਉਹ ਇੱਕ ਸੋਹਣ ਸੀਗਾ ਮਿਸਤਰੀ, ਉਹਦੇ ਕੋਲ ਸੀਗੀ, ਜਾਂ ਭਲਵਾਨ ਕੋਲ ਸੀਗੀ, ਜਗ ਸਿੰਘ ਭਲਵਾਨ ਕੋਲ ਵੀ ਹੈਗੀ ਸੀ। ਅੱਛਾ, ਤੇ ਤੁਹਾਡੇ ਪਿੰਡ ਵਿੱਚ ਦੁਕਾਨਾਂ ਕੌਣ ਕਰਦੇ ਸੀਗੇ? ਦੁਕਾਨਾਂ, ਹਾਂ ਦੁਕਾਨਾਂ ਇੱਕ ਮੋਚੀ ਦੀ ਸੀ, ਬਾਕੀ ਸਿੱਖਾਂ ਦੀਆਂ ਸੀ। ਕਾਦੂ ਸੀ, ਕਾਦਰ ਸੀ ਉਹਦਾ ਨਾਂ, ਕਾਦੂ ਕਾਦੂ ਕਹਿੰਦੇ ਸੀ ਉਹਨੂੰ। ਉਹ ਮਸੀਤ ਦੇ ਲਾਗੇ ਸੀ। ਬਾਕੀ ਦੁਕਾਨਾਂ ਖਤਰੀਆਂ ਦੀਆਂ ਸੀਗੀਆਂ। ਉਹ ਪਕੌੜੇ ਪਕਾੜੇ ਵੀ ਕੱਢਦੇ ਸੀਗੇ ਖਤਰੀ ਜਿਹੜੇ ਸੀਗੇ। ਇਹ ਫਿਰ ਤੁਹਾਡੇ ਹੁੰਦੇ ਆ ਜਿਹੜੇ ਸਰਦਾਰਾਂ ਆਪਣੇ ਕੁੜੀਆਂ ਦੇ ਰਿਸ਼ਤੇ ਜਾਂ ਵਿਆਹ ਕਰਦੇ ਸੀਗੇ, ਜਦੋਂ ਸਿੱਖ ਆਪਣੇ ਬੱਚੀਆਂ ਦੇ ਜਾਂ ਮੁੰਡਿਆਂ ਦੇ ਰਿਸ਼ਤੇ ਵਿਆਹ ਕਰਦੇ ਸੀਗੇ, ਆਹੋ, ਤੇ ਉਹ ਸੁਣਿਆ, ਮੈਂ ਸੁਣਿਆ ਉਹ ਗਵੱਈਏ ਬੁਲਾਉਂਦੇ ਹੁੰਦੇ ਸੀਗੇ, ਹੈਂ, ਰਾਗੀ ਬੁਲਾਉਂਦੇ ਹੁੰਦੇ ਸੀਗੇ, ਰਾਗੀ। ਉਹ ਗੇੜੇ ਦਵਾਉਂਦੇ ਸੀਗੇ? ਨਹੀਂ, ਗੇੜੇ ਤਾਂ ਉਹਨਾਂ ਨੂੰ ਦਵਾਉਣੇ ਹੋਏ ਨਾ, ਗਾਉਣੇ ਵਜਾਉਣੇ ਵਾਲੇ ਬੁਲਾਉਂਦੇ ਹੁੰਦੇ ਸੀਗੇ ਸਰਦਾਰ ਸਿੱਖ? ਨਹੀਂ, ਗਾਉਣੇ ਵਜਾਉਣੇ ਵਾਲੇ ਘੱਟ ਹੀ, ਵਾਜੇ ਵਾਲੇ ਹੁੰਦੇ ਸੀ ਕਿਸੇ ਕਿਸੇ ਨਾਲ। ਹਾਂ, ਨਹੀਂ ਵਾਜਿਆਂ ਵਾਲੇ ਵੀ ਨਹੀਂ ਸੀ। ਅੱਛਾ, ਉਹ ਕੋਈ ਕੋਈ ਬੰਦਾ ਲਿਆਉਂਦਾ ਸੀ ਬਾਜਿਆਂ ਵਾਲੇ, ਉਹ ਫਿਰ ਪੈਸੇ ਵੀ ਸਿਲਚਣੇ ਪੈਂਦੇ, ਉਹਨਾਂ ਨੂੰ ਦੇਣੇ ਵੀ ਪੈਂਦੇ ਆ। ਅੱਛਾ, ਮੁੰਡੇ ਦੇ ਉੱਤੋਂ ਵੀ ਨਾ ਪੈਸੇ ਸਿਲਚਣੇ, ਮੁੜ ਕੇ ਨਾ ਉੱਤੋਂ ਸਿਲਚਣੇ। ਨਾ, ਮੈਂ ਚੁੱਕਦਾ ਰਿਹਾ ਪੈਸੇ, ਉੱਤੋਂ ਉਹਦਾ ਮੈਨੂੰ ਨਜ਼ਰ ਆਉਂਦਾ ਸੀ ਪੈਸਾ, ਤੇ ਉੱਤੋਂ ਦੇਖਣਾ, ਕਈ ਵਾਰ ਲੱਭ ਜਾਣਾ, ਕਈ ਵਾਰ ਕਿਸੇ ਹੋਰ ਨੇ ਫੜ ਲੈਣਾ, ਜੇ ਰੇਤਾ ਹੀ ਡਿੱਗੇ ਫਿਰ ਲੱਭ ਜਾਂਦਾ ਮੈਨੂੰ, ਬਹੁਤੀ ਰੇਤਾ ਹੀ ਸੀਗੀ ਉੱਥੇ। ਅੱਛਾ, ਤੇ ਫਿਰ ਜੇ ਕੋਈ ਪਿੰਡ 'ਚ ਕੋਈ ਬੰਦੇ ਆਪਸ ਵਿੱਚ ਭੇਡ ਪੈਂਦੇ ਸੀਗੇ ਤੇ ਫਿਰ ਸੁਲਾਹ ਕੌਣ ਕਰਾਉਂਦਾ ਸੀਗਾ? ਜਦੋਂ ਕੋਈ ਆਪਸ ਵਿੱਚ ਭੇਡ ਪੈਂਦੇ ਸੀਗੇ, ਬੰਦੇ ਲੜ ਪੈਂਦੇ ਸੀਗੇ, ਤੇ ਸੁਲਾਹ ਕੌਣ ਕਰਾਉਂਦਾ ਸੀਗਾ? ਉਹ ਸੁਲਾਹ ਜਗ ਸਿੰਘ ਕਰਾਉਂਦਾ ਸੀ, ਭਗਵਾਨ ਨੇ। ਅੱਛਾ, ਇਹ ਤੇ ਉਹ ਤੁਹਾਡੇ ਪਿੰਡ ਦੇ ਨੰਬਰਦਾਰ ਕੌਣ ਕੌਣ ਸੀਗੇ? ਇੱਕ ਨੰਬਰ ਤੇ ਉਹ ਹੀ ਸੀਗਾ ਜਗ ਸਿੰਘ, ਇੱਕ ਹੋਰ ਸੀ ਉਹਦਾ ਪਤਾ ਆ ਨਾ, ਉਹਦਾ ਮੰਜੀਆਂ ਚ ਨਹੀਂ ਹੈ। ਅੱਛਾ, ਠੀਕ। ਮਾਮਲਾ ਕਿਹੜਾ ਸੀਗਾ ਉਦੋਂ? ਮਾਮਲਾ ਮਾਲੀ ਸੀ ਨਾ, ਇਹ ਤਾਂ ਮਾਲੀ, ਮਾਮਲਾ ਤਾਂ ਬਹੁਤ ਘੱਟ ਵਾ, ਇਹ ਤਾਂ ਰੁਪਈਆ ਕਿੱਦੇ ਦਾ ਸੀ ਮੇਰਾ ਖਿਆਲ ਉਦੋਂ। ਅੱਛਾ, ਫਿਰ ਤੁਸੀਂ ਕਿਤੇ ਹੋਰ ਕਿਹੜੇ ਕਿਹੜੇ ਸ਼ਹਿਰ ਦੇਖੇ ਉੱਥੇ ਹਿੰਦੁਸਤਾਨ 'ਚ? ਮੈਂ ਸ਼ਹਿਰ ਕੋਈ ਨਹੀਂ, ਸੁਲਤਾਨਪੁਰ ਲਾਗੇ ਸੀ ਉਹ ਦੇਖਿਆ, ਸੁਲਤਾਨਪੁਰ ਲੋਧੀ। ਗੋਜਰਾ ਬਹੁਤ ਵੱਡਾ ਉਤੋਂ ਤੇ, ਇੱਕੋ ਬਾਜ਼ਾਰ ਸੀਗਾ ਜਾਂਦਾ ਸਿਰੇ ਤੱਕ, ਉੱਥੇ ਮੱਸਿਆ ਨਹਾਉਣ ਜਾਂਦੇ ਸੀ ਸਿੱਖ ਰਾਵੀ ਉਹਦੇ ਵੇਈ ਤੇ, ਮੰਮੀ ਇੱਕ ਵਾਰ ਮੇਰਾ ਭਰਾ ਵੀ ਗਿਆ ਮੱਸੇ। ਅੱਛਾ, ਤੁਸੀਂ ਉਹ ਇੱਕ ਰਾਜੇ ਦਾ ਜ਼ਿਕਰ ਕੀਤਾ, ਉਹ ਜਿਹੜਾ ਪਟਿਆਲੇ ਦਾ ਰਾਜਾ ਸੀਗਾ, ਪਟਿਆਲਾ ਸੀ ਨਾ ਤੁਹਾਡਾ ਕਿ ਕਪੂਰਥਲਾ? ਨਹੀਂ,
ਨਹੀਂ ਕਪੂਰਥਲਾ ਪਟਿਆਲਾ ਪਰੇ ਆ। ਅੱਛਾ ਕਪੂਰਥਲਾ ਦੇ ਸੀਗੇ। ਆਹੋ ਲੁਧਿਆਣੇ ਜ਼ਿਲ੍ਹੇ ਤੋਂ ਵੀ ਅੱਗੇ ਆ ਰਿਆਤ ਨਾਭਾ ਪਟਿਆਲਾ। ਅੱਛਾ ਤੁਹਾਡਾ ਜਿਹੜਾ ਕਪੂਰਥਲਾ ਦਾ ਜਿਹੜਾ ਸੀਗਾ ਰਾਜਾ, ਉਹਨੂੰ ਤੁਸੀਂ ਦੇਖਿਆ ਆਪੇ? ਨਹੀਂ ਉਹ ਮੈਨੂੰ ਨਜ਼ਰ ਨਹੀਂ ਆਉਂਦਾ, ਮੈਂ ਉਦੋਂ ਜਾਂਦਾ ਰਿਹਾ। ਇੱਕ ਵਾਰ ਮੈਨੂੰ ਰੁਪਈਏ ਪੰਜ ਦੇ ਗਿਆ ਸੀ ਉਹ, ਬਾਹਰ ਗਏ ਸੀਗੇ ਫਸਲਾਂ ਦੇਖਣ ਆਉਂਦਾ ਹੁੰਦਾ ਸੀ ਉਹ। ਅੱਛਾ ਉਹ ਕਿਹੜਾ ਘਰ ਵੜਦਾ ਸੀ ਕਿਸੇ ਦੇ? ਉਹ ਸਾਡੇ ਉੱਥੇ ਬਾਦਸ਼ਾਹ ਉੱਤੇ ਨਾ ਕਾਂ ਨੇ ਵਿਸ਼ ਕਰ ਦਿੱਤੀ। ਅੱਛਾ ਉਹ ਲਾਗੇ ਇੱਕ ਝੀਲ ਸੀਗਾ, ਉਹ ਕਹਿੰਦਾ ਵੀ ਫੜ ਕੇ ਲਿਆਈਏ ਇਹਨੂੰ। ਉਹ ਕਹਿੰਦਾ ਵੀ ਦੇ ਨਹੀਂ ਜੋ ਤਾਂ ਫੜ ਲਿਆ। ਉਹਨੇ ਬਾਜ ਨੂੰ ਛੱਡਿਆ, ਕਾਂ ਫੜ ਕੇ ਲਾਇਆ। ਅੱਛਾ ਆ ਕੇ ਬਾਦਸ਼ਾਹ ਨੂੰ ਦੇ ਦਿੱਤਾ। ਉਹਦੇ ਪੰਜ ਪਿੰਡ ਨਾਂ ਲਾ ਤੇ ਉਹਦੇ ਉਹ ਝੀਲ ਦੇ ਨਾਂ। ਵਾਹ ਜੀ ਵਾਹ। ਹਾਂ ਉਹ ਪੰਜਾਂ ਪਿੰਡਾਂ ਦੀ ਮਾਲਕੀ ਬਣ ਗਈ ਉਹਦੀ। ਇੱਧਰ ਆਣ ਕੇ ਇੱਧਰ ਆ ਗਿਆ ਮੁੜ ਕੇ ਉਹ। ਹਾਂ ਇੱਥੇ ਉਹ ਕਾਂ ਦੀ ਧੌਣ ਮਰੋੜ ਕੇ ਕਾਂ ਨੇ ਮਾਰ ਕੇ ਸੁੱਟ ਦਿੱਤਾ। ਅੱਛਾ ਉਹਦਾ ਕੀ ਨਾਂ ਸੀ ਉਸ ਜਿਹਦਾ ਕਾਂ ਜਿਹਦਾ ਬਾਦ ਸੀਗਾ? ਬਈ ਨਾਂ ਤਾਂ ਨਹੀਂ ਜੇ ਹੈਗਾ ਹੁਣ। ਠੀਕ ਅੱਗੇ ਹੈ ਸੀ ਨਾਂ ਯਾਦ ਆਉਂਦੇ। ਅੱਛਾ ਇਸ ਕਾਰਨ ਬਹੁਤ ਚਿਰ ਹੋ ਗਿਆ।